ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਨਾਮ ਚਾਲ ਸਵਾਗਤ ਹੈ ਤੁਹਾਡਾ ਬੀਵੀਐਨ ਪੰਜਾਬ ਫੇਸਬੁੱਕ ਪੇਜ ਤੇ ਤੇ ਅੱਜ ਮੇਰੇ ਨਾਲ ਮੌਜੂਦ ਨੇ ਬਰਗੇਡੀਅਰ ਰਾਜਕੁਮਾਰ ਜੀ ਤੇ ਇਹਨਾਂ ਤੋਂ ਪੁੱਛਦੇ ਹਾਂ ਕਿ 15 ਤਰੀਕ ਨੂੰ ਭਰਤੀ ਆਣ ਵਾਲੀ ਹੈ ਕਿ ਉਹਦੇ ਵਿੱਚ ਜਿਹੜੇ ਨੌਜਵਾਨ ਵੀਰ ਆ ਉਹ ਕਿਸ-ਕਿਸ ਚੀਜ਼ਾਂ ਦਾ ਖਿਆਲ ਰੱਖਣ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਨਾਮ ਜੀ ਤੇ ਸਰ ਇਹ ਇਹਦੇ ਵਿੱਚ ਦੱਸਿਓ ਭਰਤੀ ਦੇ ਵਿੱਚ ਜਿਹੜੇ ਸਾਡੇ ਵੀਰ ਜਾਣਗੇ ਉਹ ਕਿਸ-ਕੀ ਗੱਲਾਂ ਦਾ ਧਿਆਨ ਰੱਖਣ ਸਾਡੇ ਐਸਬੀਐਸ ਨਗਰ ਜ਼ਿਲ੍ਹੇ ਦੀ ਭਰਤੀ 15 ਤਰੀਕ ਤੋਂ ਬੱਚਿਆਂ ਨੂੰ ਬੁਲਾਇਆ ਵਾ ਅਲੱਗ-ਅਲੱਗ ਤਰੀਕਾਂ ਦਿੱਤੀਆਂ ਹੋਈਆਂ। ਵੈਸੇ ਤਾਂ ਸਮਾਂ ਬੜਾ ਘੱਟ ਹੈ ਹੁਣ। ਲੇਕਿਨ ਮੇਰੇ ਕੋਲ ਬਹੁਤ ਹੁਣ ਵੀ ਇਨਕੁਆਰੀਆਂ ਆਉਂਦੀਆਂ ਆ ਜਾਂ ਫੋਨ ਆਦੇ ਕਿ ਜੀ ਜਿਹੜੀਆਂ ਬੇਸਿਕ ਚੀਜ਼ਾਂ ਮੈਂ ਆਲਰੇਡੀ ਕੈਂਪਸ ਦੱਸ ਚੁੱਕਿਆ ਹਾਂ ਅਲੱਗ-ਅਲੱਗ ਜਗ੍ਹਾ ਜਾ ਕੇ ਉਹੀ ਕਮੀਆਂ ਫੇਰ ਬੱਚੇ ਗਲਤੀਆਂ ਕਰ ਰਹੇ ਹੈ। ਜਿੱਦਾਂ ਜਿੱਦਾਂ ਕਿ ਇੱਕ ਬੱਚੇ ਦਾ ਸਾਰੀ ਮਿਹਨਤ ਕੀਤੀ, ਡਾਟਚ ਵੀ ਬਹੁਤ ਵਧੀਆ ਕਰ ਰਿਆ ਸੀ, ਗਾਈਡ ਵੀ ਲਈ ਵੀ ਇਹ ਮਿਹਨਤ ਕਰਨ ਦੇ ਬਾਵਜੂਦ ਉਹਦਾ ਐਡਮਿਟ ਕਾਰਡ ਨਹੀਂ ਆ ਸਕਿਆ, ਰੋਲ ਨੰਬਰ ਹੀ ਨਹੀਂ ਆ ਸਕਿਆ। ਕਾਰਨ ਇਹ ਸੀ ਕਿ ਉਹਦੀ ਜਿਹੜੀ ਮੇਲ ਆਈਡੀ ਹੈ ਉਹ ਬਲੌਕ ਹੋਈ ਹੋਈ ਹੈ ਜੀ ਇਹ ਚੀਜ਼ਾਂ ਅਸੀਂ ਹਰ ਜਗ੍ਹਾ ਦੱਸਦੇ ਹਾਂ ਕਿ 11th ਥਾਰ ਤੇ ਇਹੀਆਂ ਪ੍ਰੋਬਲਮਸ ਆਉਂਦੀਆਂ ਅਸੀਂ ਯਕੀਨ ਕਰਨਾ ਆਖਿਰ ਤੱਕ ਕਿ ਸਾਡੀ ਜਿਹੜੀ ਮੇਲ ਆਈਡੀ ਹੈ ਕਿਉਂਕਿ ਸਾਡਾ 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 ਜਿਹੜਾ ਰੋਲ ਨੰਬਰ ਵਗੈਰਾ ਹੈ ਇਹਨੂੰ ਐਡਮਿਟ ਕਾਰਡ ਕਹਿੰਦੇ ਆ ਉਹ ਉਹਦੇ ਉੱਤੇ ਆਣਾ ਹੈਗਾ ਤੇ ਫਿਰ ਉਹ ਮੈਂ ਬੱਚੇ ਨੂੰ ਕੱਲ ਜਲੰਧਰ ਭੇਜਿਆ ਇਥੇ ਵੀ ਨੱਠ ਪੱਜ ਕੀਤੀ ਲੇਕਿਨ ਉਹ ਨਹੀਂ ਹੋ ਪਾਇਆ ਕਿਉਂਕਿ ਸਾਰੇ ਕੰਪਿਊਟਰਾਈਜ਼ ਹੋ ਗਿਆ ਹੁਣ ਹੱਥੋਂ-ਹੱਥੀ ਨਹੀਂ ਕੁਝ ਵੀ ਹੁੰਦਾ ਦੂਜਾ ਕਮੀਆਂ ਜਦੋਂ ਬੱਚਿਆਂ ਦੀ ਆਉਂਦੀਆਂ ਕਈ ਬੱਚੇ ਕਿ ਉਸ ਚਲਾਕ ਨਹੀਂ ਹੈ ਉੱਥੇ ਭੀੜ ਬਹੁਤ ਹੁੰਦੀ ਹੈ ਹੁਣ ਇੱਕ ਬੱਚੇ ਨੇ ਕੰਡੀ ਏਰੀਆ ਦਾ ਸਰਟੀਫਿਕੇਟ ਸੀ ਉਹਦੇ ਕੋਲ ਜੀ ਉਹਨੂੰ ਜਿਹੜੀ ਹਾਈਡ ਦੀ ਮਾਫੀ ਸੀ ਜਿਹੜੀ ਆ ਸੜਕ ਸਾਡੀ ਗੜ ਸ਼ੰਕਰ ਤੋਂ ਬਲਾਚੌਰ ਤੱਕ ਆਂਦੀ ਹੈ ਤੇ ਜਿਹੜੀ ਉਹਦੇ ਚੜ੍ਹਦੇ ਪਾਸੇ ਨੂੰ ਹਾਂ ਜੀ ਉਹਨਾਂ ਉਹ ਸਰਟੀਫਿਕੇਟ ਨਹੀਂ ਦੇ ਪਾਇਆ ਬਾਅਦ ਚ ਕਹਿੰਦੇ ਉਹ ਤਾਂ ਜੇਬ ਵਿੱਚ ਰਹਿ ਗਿਆ ਸੀ ਹੁਣ ਮੈਂ ਕੀ ਕਰਾਂ ਜੀ ਤੇ ਮੈਨੂੰ ਬੀਤ ਤੋਂ ਅੱਜ ਸਵੇਰੇ ਫੋਨ ਆਇਆ ਮੈਨੂੰ ਇਦਾਂ ਨਹੀਂ ਗਲਤੀਆਂ ਤਾਂ ਜਿਹੜੀਆਂ ਨੇ ਇਹਨਾਂ ਦੀ ਕੋਈ ਮਾਫੀ ਨਹੀਂ ਹੈ ਬਹੁਤ ਵੱਡਾ ਨੁਕਸਾਨ ਆਪਣਾ ਕਰ ਰਹੇ ਹਾਂ ਇੰਨੀ ਵੱਡੀ ਤਿਆਰੀ ਕਰਨ ਦੇ ਬਾਅਦ ਜ਼ੋਤ ਵੀ ਕੁਝ ਬੱਚੇ ਆਪਣੇ ਮੈਡੀਕਲ ਚ ਕੰਨ ਨਹੀਂ ਸਾਫ਼ ਕਰਾ ਕੇ ਗਏ ਹਾਲਕਿ ਮੈਂ ਇਹ 에ਰੋਪੜ ਦਾ ਕੇਸ ਹੈ ਮੈਂ ਪਿੱਛੇ ਨੂਰ ਪਰਵੇਦੀ ਕੈਂਪ ਲਾ ਕੇ ਆਇਆ ਉੱਥੇ ਮੈਂ ਇਹ ਖਾਸ ਤੌਰ ਤੇ ਪੁਆਇੰਟ ਦੱਸਿਆ ਕਿ ਜਾਣ ਤੋਂ ਪਹਿਲਾਂ ਆਪਣਾ ਕੰਨ ਜਰੂਰ ਸਾਫ਼ ਕਰਾ ਲੈ ਜਦੋਂ ਡਾਕਟਰ ਹੀ ਹੋਣੀ ਹੈ ਕਿਉਂਕਿ ਜੇ ਡਾਕਟਰ ਨੂੰ ਕਹੀਆਂ ਤੇ ਬੱਚਿਆਂ ਦੇ ਮੈਲ ਹੁੰਦੀ ਕੰਦੇ ਇਹ ਡਾਕਟਰ ਨੂੰ ਦੇਖੇਗਾ ਨਹੀਂ ਅੰਦਰ ਤਾਂ ਉਹ ਫਿਟ ਨਹੀਂ ਕਰ ਸਕਦਾ ਉਹਨੂੰ ਫਿਟ ਕਰ ਦੇਗਾ ਔਰ ਅਨਫਿਟ ਕਰਨ ਵਾਲਾ ਅਸੀਂ ਅਗਲੇ ਬੈਚ ਪੈ ਜਾਂਦੇ ਆ ਉੱਥੇ ਪਤਾ ਨਹੀਂ ਕਿੰਨੀਆਂ ਵੈਕੈਂਸੀਆਂ ਉਸ ਬੈਚ 'ਚ ਹੋਣ ਤੇ ਬਹੁਤ ਨੁਕਸਾਨ ਹੋ ਜਾਂਦਾ ਸਾਡਾ ਇਹ ਬਣੀ ਛੁੱਟ ਛੁੱਟੀਆਂ ਗੱਲਾਂ ਕੁਝ ਇੱਕ ਬੱਚੇ ਦੇਅ ਡਾਕੂਮੈਂਟ ਸਾਰਿਆਂ ਨੂੰ ਪਤਾ ਤੁਹਾਡੇ ਕੋਲ ਲਿਸਟ ਵੀ ਆ ਚੁੱਕੀ ਹੈ ਮੋٹے ਤੌਰ ਤੇ ਤੁਹਾਡਾ 10ਵਾਂ ਦਾ ਜਿਹੜਾ ਸਰਟੀਫਿਕੇਟ ਹੈ ओरिजिनल ਵੀ ਲੈ ਕੇ ਜਾਣਾ ਫੋਟੋਕਾਪੀ ਵੀ ਲੈ ਕੇ ਜਾਣਾ ਤੁਹਾਡਾ 12ਵਾਂ ਦਾ ਸਰਟੀਫਿਕੇਟ ਜਿਨ੍ਹਾਂ ਨੇ 12ਵੀਂ ਕੀਤੀ ਵੀ ਬੱਚਿਆਂ ਨੇ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਕਾਸਟ ਸਰਟੀਫਿਕੇਟ ਤੁਹਾਡਾ ਕੰਢੀ ਏਰੀਆ ਸਰਟੀਫਿਕੇਟ ਜਿਨ੍ਹਾਂ ਨੂੰ ਲਾਗੂ ਹੋਏਗਾ ਤੁਹਾਡਾ ਡੋਗਰਾ ਸਰਟੀਫਿਕੇਟ ਇਹ ਸਾਰੇ ਕਾਗਜ਼ ਹੁਣੇ ਸਾਨੂੰ ਤਿਆਰ ਕਰਕੇ ਆਇਆ ਨਹੀਂ ਸੋਚਣਾ ਕਿ ਉਦੋਂ ਨੂੰ ਆਖਰੀ ਰਾਤ ਨੂੰ ਕਰਾਂਗੇ ਉਹਨੇ ਕਰ ਲਓ ਜੇ ਕਿਸੇ ਦੇ ਕੋਈ ਕਮੀ ਪੇਸ਼ੀ ਵੀ ਹੈ ਤਾਂ ਜਰੂਰ ਜਾ ਕੇ ਤਹਿਸੀਲ ਤੋਂ ਦੁਆਰਾ ਸਰਟੀਫਿਕੇਟ ਬਣਾ ਲਓ ਟਾਈਮ ਬਹੁਤ ਪਹਿਲੇ ਬਹੁਤ ਘੱਟ ਹੈਗਾ ਕੁਝ ਇੱਕ ਬੱਚਿਆਂ ਨੇ ਹਲੇ ਤੱਕ ਅੱਜ ਮੇਰੇ ਕੋਲ ਇੱਥੇ ਬੜਾ ਛੋਰਾ ਆਏ ਦੋ ਤਿੰਨ ਨਿਆਣੇ ਮੈਨੂੰ ਬੜਾ ਦੁੱਖ ਲੱਗਾ ਕਿ ਐਸੇ ਹਰ ਜਗ੍ਹਾ ਜਾ ਕੇ ਦੱਸਦੇ ਆ ਕਿ ਜੀ ਗਾਈਡ ਖਰੀਦ ਲਓ ਪੰਜ 6 ਮਹੀਨੇ ਪਹਿਲਾਂ ਗਾਈਡ ਖਰੀਦ ਲਓ ਜੇ ਤੁਸੀਂ ਨਹੀਂ ਮਿਹਨਤ ਕਰੋਗੇ ਗਾਈਡ ਤੇ ਪੜਾਈ ਨਹੀਂ ਕਰੋਗੇ ਤਾਂ ਕਿੰਨੇ ਮਰਜੀ ਦੌਰਜ ਤੁਸੀਂ ਅੱਛੇ ਹੋ ਤੁਸੀਂ ਫਿੱਟ ਨਹੀਂ ਹੋ ਸਕਦੇ ਤੁਸੀਂ ਮੈਰਿਟ ਮੈਰਿਟ ਵਿੱਚ ਨਹੀਂ ਆ ਸਕਦੇ ਲੇਕਿਨ ਉਹਨੇ ਵੀ ਅੱਜ ਅਜੋ ਬੱਚਾ ਆਏ ਕਹਿੰਦੇ ਉਹ ਉਹਨਾਂ ਨੂੰ ਗਾਈਡ ਨਹੀਂ ਮੈਨੂੰ ਨਹੀਂ ਪਤਾ ਸੀ ਲੈਣੀ ਤੁਹਾਨੂੰ ਕਿਹਾ ਸੀ ਜੀ ਹਾਲੇ ਕਿ ਅਸੀਂ ਨਵੇਂਸ਼ਰ ਕੈਂਪ ਲਾਏ ਸਾਰੇ ਪਾਸੇ ਲਾਦਨੇ ਬਲਾਚੌਰ ਕਾਠਗੜ ਇਧਰ ਦੂਣੀ ਵਿੱਚ ਇੰਨਾ ਕੁਝ ਬੋਲਣ ਦੇ ਬਾਵਜੂਦ ਇਹਦਾ ਮਤਲਬ ਤਾਂ ਸਰਸਰ ਲਾਪਰਵਾਹੀ ਹੈ ਇਦਾਂ ਦੀ ਗਲਤੀ ਦੀ ਕੋਈ ਮਾਫੀ ਨਹੀਂ ਆਪਣਾ ਨੌਕਰੀਆਂ ਨਹੀਂ ਮਿਲਦੀਆਂ ਅੱਜਕੱਲ ਜੀ ਸਰਕਾਰੀ ਨੌਕਰੀ ਤਾਂ ਬੱਚਿਆਂ ਨਹੀਂ ਹੈ ਬਿਲਕੁਲ ਤੇ ਜਿਹੜੀ ਹੈ ਤੁਸੀਂ ਉਹਦੇ ਲਈ ਇਦਾਂ ਲਾਪਰਵਾਹੀ ਕਰਦੇ ਤਾਂ ਮੇਰੇ ਖਿਲ ਨੁਕਸਾਨ ਕਿਸੇ ਦਾ ਨਹੀਂ ਆਪਣਾ ਖੁਦ ਦਾ ਨੁਕਸਾਨ ਹੋ ਰਿਹਾ ਕਿਸੇ ਵੀ ਬੱਚੇ ਨੂੰ ਹੁਣ ਗਾਹਾਂ ਤੋਂ ਹੁਣ ਮੈਂ ਬਿਲਕੁਲ ਮੈਂ ਹਰ ਕਾਲ ਚੱਕਦਾ ਕਿਸੇ ਨੂੰ ਕੋਈ ਵੀ ਡਿਫਿਕਲਟੀ ਆਂਦੀ ਹੈ ਮੁਸ਼ਕਿਲਤ ਆਂਦੀ ਹੈ ਜੀ ਕਿਸੇ ਸਟੇਜ ਤੇ ਵੀ ਮੈਨੂੰ ਡਾਇਰੈਕਟ ਫੋਨ ਕਰ ਲੈ ਜਿਹੜੀ ਵੀ ਸਲਾਹ ਮੈਂ ਦੇ ਸਕਦਾ ਉਹ ਮੈਂ ਜ਼ਰੂਰ ਦਊਂਗਾ ਕਿਉਂਕਿ ਮੈਂ ਮੈਨੂੰ ਇਹ ਮੌਕਾ ਮਿਲਿਆ ਸੀ ਭਰਤੀ ਕਰਨ ਦਾ ਮੈਂ 2.25 ਹਜ਼ਾਰ ਬੱਚਾ ਭਰਤੀ ਖੁਦ ਕਰਾਇਆ ਵਾ ਔਰ ਮੈਨੂੰ ਪਤਾ ਕਿ ਆਮ ਮੁਸ਼ਕਿਲਤਾਂ ਇਹ ਛੋਟੇ-ਮੋਟੇ ਜਿਹੜੀ ਆ ਰਹੀਆਂ ਇਹ ਇੱਕ ਵਾਰ ਨੰਬਰ ਜ਼ਰੂਰ ਦੇ ਦੇਣਾ ਜੇਕਰ ਕੋਈ ਨੌਜਵਾਨ ਤੁਹਾਨੂੰ ਪੁੱਛਣਾ ਚਾਹੇ ਭਰਤੀ ਬਾਰੇ ਜਾਣਕਾਰੀ ਲੈਣਾ ਚਾਹੇ ਕੁਝ ਹਾਂ ਮੇਰਾ ਮੇਰਾ ਨੰਬਰ ਹੈ 94176 336668 ਮੈਂ ਦੁਬਾਰਾ ਰਿਪੀਟ ਕਰਦਾ 94176 336668 ਕਦੇ ਵੀ ਕੋਈ ਵੀ ਬੱਚਾ ਆ ਜਾ ਉਹਨਾਂ ਦੇ ਮਾਪੇ ਮੈਨੂੰ ਫੋਨ ਕਰਨ ਜਦ ਵੀ ਕੋਈ ਡਿਫਿਕਲਟੀ ਆਦੀ ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਤਸੱਲੀ ਬਖਸ਼ ਮੈਂ ਜਵਾਬ ਦੇਣਾ ਤੇ ਸਹੀ ਤਰੀਕੇ ਨਾਲ ਗਾਈਡ ਕਰਾਂ ਜੀ ਧੰਨਵਾਦ ਜੀ ਸასი ਕਾਲ ਜੀ ਥੈਂਕ ਯੂ